ਕੀ ਤੁਸੀਂ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਹਾਡੀ ਫਾਈਲ ਰੀਸੈਂਟਲੀ ਰਿਜੈਕਟ ਹੋਈ ਹੈ ਤਾਂ ਮੈਂ ਭਵਪ੍ਰੀਤ ਡੈਲਵਿੰਗ ਵੀਜ਼ਾਜ਼ ਐਂਡ ਇਮੀਗ੍ਰੇਸ਼ਨ ਤੋਂ ਤੁਹਾਡੇ ਲਈ ਲੈ ਕੇ ਆਈ ਅੱਜ 5 ਤਰੀਕੇ ਜਿਸ ਨਾਲ ਤੁਸੀਂ ਕੈਨੇਡਾ ਇਮੀਗ੍ਰੇਟ ਕਰ ਸਕਦੇ ਹੋ। ਕੈਨੇਡਾ ਦੀ ਗਵਰਨਮੈਂਟ ਨੇ ਰੀਸੈਂਟਲੀ ਨਿਊਜ਼ ਰਿਲੀਜ਼ ਕੀਤੀ ਹੈ ਕਿ ਉਸ ਨੇ ਆਉਣ ਵਾਲੇ 3 ਸਾਲਾਂ ਦੇ ਵਿੱਚ 1 ਮਿਲੀਅਨ ਇਮੀਗ੍ਰੈਂਟਸ ਨੂੰ ਵੀਜ਼ਾ ਦੇਣਾ ਹੈ। 1 ਮਿਲੀਅਨ ਯਾਨੀ ਕਿ 10 ਲੱਖ ਲੋਕਾਂ ਨੂੰ ਵੀਜ਼ਾ ਦੇਣਾ ਹੈ। ਤਾਂ ਮੈਂ ਤੁਹਾਨੂੰ ਦੱਸਣ ਵਾਲੀ ਹਾਂ 5 ਵੇਜ਼ ਜਿਸ ਦੇ ਨਾਲ ਤੁਸੀਂ ਆਪਣੀ ਫਾਈਲ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾ ਤਰੀਕਾ ਆਉਂਦਾ ਹੈ ਸਟੱਡੀ ਵੀਜ਼ਾ ਦਾ। ਜੇ ਕੋਈ ਸਟੂਡੈਂਟ ਪਲੱਸ 2 ਪਾਸ ਆਊਟ ਹੈ, ਬੈਚਲਰਸ ਪਾਸ ਆਊਟ ਹੈ ਜਾਂ ਫਿਰ ਮਾਸਟਰਸ ਕੀਤੀ ਹੋਈ ਆ ਐਂਡ ਆਪਣੀ ਫਰਦਰ ਸਟੱਡੀ ਲਈ ਕੈਨੇਡਾ ਜਾਣਾ ਚਾਹੁੰਦਾ ਹੈ ਤਾਂ ਇੱਕ ਐਲੀਜੀਬਿਲਟੀ ਕ੍ਰਾਈਟੀਰੀਆ ਫੁਲਫਿਲ ਕਰਕੇ ਉਹ ਆਪਣਾ ਵੀਜ਼ਾ ਲੈ ਸਕਦਾ ਹੈ। ਸੈਕਿੰਡ ਵੀਜ਼ਾ ਹੈ ਸਪਾਊਸ ਵੀਜ਼ਾ। ਜੇ ਕੋਈ ਮੇਨ ਐਪਲੀਕੈਂਟ ਬਾਹਰ ਹੈ ਉਹ ਐਂਡ ਆਪਣੇ ਸਪਾਊਸ ਨੂੰ ਸਪਾਊਸ ਵੀਜ਼ਾ ਤੇ ਬੁਲਾਉਣਾ ਚਾਹੁੰਦਾ ਹੈ ਤਾਂ ਇਹ ਰਾਈਟ ਟਾਈਮ ਹੈ, ਤੁਸੀਂ ਆਪਣਾ ਸਪਾਊਸ ਕੇਸ ਅਪਲਾਈ ਕਰ ਸਕਦੇ ਹੋ। ਮੇਨ ਐਪਲੀਕੈਂਟ ਮਿਨੀਮਮ ਮਾਸਟਰਸ ਵਾਸਤੇ ਜਾਵੇ ਐਂਡ ਸਪਾਊਸ ਆਪਣਾ ਵਰਕ ਓਪਨ ਵਰਕ ਪਰਮਿਟ ਤੇ ਜਾ ਸਕਦਾ ਹੈ। ਥਰਡ ਵੀਜ਼ਾ ਕੈਟੇਗਰੀ ਆਉਂਦੀ ਹੈ ਵਿਜ਼ਿਟਰ ਵੀਜ਼ਾ। ਜੇ ਕੈਨੇਡਾ ਦੇ ਵਿੱਚ ਤੁਹਾਡੇ ਕੋਈ ਰਿਲੇਟਿਵਸ ਨੇ, ਫਰੈਂਡਸ ਨੇ ਜਾਂ ਫਿਰ ਨੋਨ ਦੇ ਵਿੱਚ ਨੇ ਐਂਡ ਉਹ ਤੁਹਾਨੂੰ ਸਪੋਂਸਰਸ਼ਿਪ ਭੇਜ ਸਕਦੇ ਨੇ ਤਾਂ ਤੁਸੀਂ ਆਪਣਾ ਵਿਜ਼ਿਟਰ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ। ਫੋਰਥ ਆਪਣਾ ਵੇ ਆਉਂਦਾ ਹੈ ਬਿਜ਼ਨਸ ਵੀਜ਼ਾ ਦਾ। ਜੇ ਕੋਈ ਤੁਹਾਡਾ ਆਪਣਾ ਇੱਥੇ ਵੈਲ ਸੈਟਲਡ ਬਿਜ਼ਨਸ ਹੈ ਐਂਡ ਤੁਸੀਂ ਇਮੀਗ੍ਰੇਟ ਕਰਨਾ ਚਾਹੁੰਦੇ ਹੋ ਕੈਨੇਡਾ ਤੋਂ ਤਾਂ ਆਪਣਾ ਤੁਸੀਂ ਬਿਜ਼ਨਸ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ। ਫਿਫਥ ਵੇ ਹੈ ਟੂਰਿਸਟ ਵੀਜ਼ਾ ਦਾ। ਜੇ ਆਪਾਂ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਤਾਂ ਕੈਨੇਡਾ ਇਸ ਟਾਈਮ ਤੇ ਬਹੁਤ ਅੱਛੇ ਟੂਰਿਸਟ ਵੀਜ਼ਾ ਦੇ ਰਿਹਾ ਹੈ ਜਿਸ ਦੇ ਕਰਕੇ ਟੂਰਿਸਟ ਵੀਜ਼ਾ ਦਾ ਸਕਸੈਸ ਰੇਟ ਕਾਫੀ ਹਾਈ ਹੋਇਆ ਹੈ। ਤੁਸੀਂ ਆਪਣੀ ਫਾਈਲ ਟੂਰਿਸਟ ਵੀਜ਼ਾ ਵਾਸਤੇ ਵੀ ਅਪਲਾਈ ਕਰ ਸਕਦੇ ਹੋ ਐਂਡ ਤੁਸੀਂ ਕੈਨੇਡਾ ਇਮੀਗ੍ਰੇਟ ਵੀ ਹੋ ਸਕਦੇ ਹੋ। ਫਰਦਰ ਡਿਸਕਸ਼ਨ ਲਈ ਇਹਨਾਂ ਵਿੱਚੋਂ 5 ਵਿੱਚੋਂ ਕਿਸੇ ਵੀ ਵੇ ਦੇ ਨਾਲ ਫਰਦਰ ਇਨਫੋਰਮੇਸ਼ਨ, ਡਿਟੇਲ ਇਨਫੋਰਮੇਸ਼ਨ ਲਈ ਤੁਸੀਂ ਸਾਡੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਸਾਡੇ ਨੀਚੇ ਦਿੱਤੇ ਹੋਏ ਹੋਟਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।